ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਨੌਜਵਾਨ ਦੇ ਕੋਲੋਂ ਗਨ ਪੁਆਇੰਟ 'ਤੇ 80,000 ਰੁਪਏ ਲੁੱਟ ਲਏ ਗਏ ਨੇ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਲੁੱਟ ਦੀ ਵਾਰਦਾਤ ਬੈਂਕ ਦੇ ਬਾਹਰ ਹੋਈ ਹੈ, ਜਦੋਂ ਇੱਕ ਨੌਜਵਾਨ 80,000 ਰੁਪਏ ਇਸ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਆਇਆ ਸੀ। ਹਾਲਾਂਕਿ 3 ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਗਨ ਪੁਆਇੰਟ ਦੇ ਉੱਤੇ 80,000 ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਫਿਲਹਾਲ ਇਸ ਦੀ ਸੂਚਨਾ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਅੰਮ੍ਰਿਤਸਰ ਦੇ ਬਟਾਲਾ ਰੋਡ ਸਟੇਟ ਬੈਂਕ ਗ੍ਰਾਹਕ ਸੇਵਾ ਕੇਂਦਰ 'ਤੇ 80,000 ਰੁਪਏ ਜਮ੍ਹਾਂ ਕਰਵਾਉਣ ਆਇਆ ਸੀ ਅਤੇ ਦਿਨ ਦਿਹਾੜੇ ਬੈਂਕ ਦੇ ਬਾਹਰ ਹੀ 3 ਬਾਈਕ ਸਵਾਰਾਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਗਨ ਪੁਆਇੰਟ ਦੇ ਉੱਤੇ ਇਹ ਲੁੱਟ ਕੀਤੀ ਗਈ ਹੈ। ਹਾਲਾਂਕਿ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਆਲੇ ਦੁਆਲੇ ਦੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਗਨ ਪੁਆਇੰਟ ਦੇ ਉੱਤੇ ਬੈਂਕ ਦੇ ਬਾਹਰ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਨੌਜਵਾਨ ਦੇ ਕੋਲੋਂ 3 ਬਦਮਾਸ਼ਾਂ ਦੇ ਵੱਲੋਂ ਲੁੱਟ ਕੀਤੀ ਗਈ ਹੈ। ਇਹ ਜੀ ਥਾਣਾ ਸਦਰ ਦੇ ਬਟਾਲਾ ਰੋਡ 'ਤੇ ਪਿਲਰ ਨੰਬਰ 50 ਦੇ ਸਾਹਮਣੇ SBI ਬੈਂਕ ਦੀ ਇੱਕ ਛੋਟੀ ਜੀ ਸਮਾਲ ਇਹਦੀ ਬ੍ਰਾਂਚ ਆ ਜੀ, ਜਿਸ ਵਿੱਚ ਇਹ ਛੋਟਾ 10,000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੇ ਆ। ਇਹ ਦੁਕਾਨ 'ਤੇ ਇਕੱਲਾ ਇੱਕ ਸ਼ਖਸ ਜਿਸਦਾ ਨਾਮ ਪ੍ਰੇਮ ਕੁਮਾਰ ਆ, 2016 ਤੋਂ ਦੁਕਾਨ ਕਰ ਰਿਹਾ। ਅੱਜ ਕਰੀਬ 1 ਵਜੇ 3 ਨੌਜਵਾਨ ਦੁਕਾਨ 'ਤੇ ਆਉਂਦੇ ਨੇ, ਜੋ ਕਿ ਹਥਿਆਰਾਂ ਦੀ ਨੋਕ 'ਤੇ ਇਸਨੂੰ ਡਰਾਉਂਦੇ ਨੇ ਅਤੇ ਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80,000 ਰੁਪਇਆ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ। ਸਰ ਕਿੰਨੇ ਜਾਣੇ ਸੀ, ਕਾਹਤੇ ਆਏ ਸੀ? ਇਹ ਹਜੇ ਤੱਕ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਜੀ, 3 ਜਣੇ ਮੋਟਰਸਾਈਕਲ 'ਤੇ ਆਏ ਸਨ, ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ, ਉਹ ਅਸੀਂ ਦੇਖ ਰਹੇ ਹਾਂ ਜੀ। ਅੱਗੇ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀਗਾ ਜੀ। ਸਰ ਕੋਈ CCTV ਆਈ ਸਾਹਮਣੇ? ਹਾਂਜੀ ਅਜੇ ਜਾਂਚ ਕਰ ਰਹੇ ਹਾਂ ਜੀ, CCTV ਆਸ ਪਾਸ ਤੋਂ ਵੀ ਅੰਦਰ। ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਟਲ ਟਾਈਪ ਵੀ ਦੱਸ ਰਹੇ ਆ ਜੀ। ਜਿੰਨੇ ਜਾਣੇ ਆਏ ਸੀ, ਸਿਰਫ ਇੱਕ ਪਿਸਟਲ ਸੀ, ਕੋਈ ਹਥਿਆਰ ਹੋਰ ਵੀ ਹੈਗੇ? ਇੱਕ ਇਹ ਪਿਸਟਲ ਦੱਸ ਰਹੇ, ਇੱਕ ਕੋਈ ਦਫ਼ਤਰ ਦੱਸ ਰਹੇ ਆ ਜੀ ਕੋਲ। ਟੋਟਲ 3 ਜਣੇ ਸਰ ਜੀ। ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਨੌਜਵਾਨ ਦੇ ਕੋਲੋਂ ਗਨ ਪੁਆਇੰਟ 'ਤੇ 80,000 ਰੁਪਏ ਲੁੱਟ ਲਏ ਗਏ ਨੇ। ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਕਿ ਲੁੱਟ ਦੀ ਵਾਰਦਾਤ ਬੈਂਕ ਦੇ ਬਾਹਰ ਹੋਈ ਹੈ, ਜਦੋਂ ਇੱਕ ਨੌਜਵਾਨ 80,000 ਰੁਪਏ ਇਸ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਆਇਆ ਸੀ। ਹਾਲਾਂਕਿ 3 ਬਾਈਕ ਸਵਾਰ ਬਦਮਾਸ਼ਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਗਨ ਪੁਆਇੰਟ ਦੇ ਉੱਤੇ 80,000 ਰੁਪਏ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਨੇ। ਫਿਲਹਾਲ ਇਸ ਦੀ ਸੂਚਨਾ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਇੱਕ ਨੌਜਵਾਨ ਅੰਮ੍ਰਿਤਸਰ ਦੇ ਬਟਾਲਾ ਰੋਡ ਸਟੇਟ ਬੈਂਕ ਗ੍ਰਾਹਕ ਸੇਵਾ ਕੇਂਦਰ 'ਤੇ 80,000 ਰੁਪਏ ਜਮ੍ਹਾਂ ਕਰਵਾਉਣ ਆਇਆ ਸੀ ਅਤੇ ਦਿਨ ਦਿਹਾੜੇ ਬੈਂਕ ਦੇ ਬਾਹਰ ਹੀ 3 ਬਾਈਕ ਸਵਾਰਾਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਿਹਾ ਜਾ ਰਿਹਾ ਕਿ ਗਨ ਪੁਆਇੰਟ ਦੇ ਉੱਤੇ ਇਹ ਲੁੱਟ ਕੀਤੀ ਗਈ ਹੈ। ਹਾਲਾਂਕਿ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਆਲੇ ਦੁਆਲੇ ਦੀ CCTV ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਗਨ ਪੁਆਇੰਟ ਦੇ ਉੱਤੇ ਬੈਂਕ ਦੇ ਬਾਹਰ ਪੈਸੇ ਜਮ੍ਹਾਂ ਕਰਵਾਉਣ ਆਏ ਇੱਕ ਨੌਜਵਾਨ ਦੇ ਕੋਲੋਂ 3 ਬਦਮਾਸ਼ਾਂ ਦੇ ਵੱਲੋਂ ਲੁੱਟ ਕੀਤੀ ਗਈ ਹੈ। ਇਹ ਜੀ ਥਾਣਾ ਸਦਰ ਦੇ ਬਟਾਲਾ ਰੋਡ 'ਤੇ ਪਿਲਰ ਨੰਬਰ 50 ਦੇ ਸਾਹਮਣੇ SBI ਬੈਂਕ ਦੀ ਇੱਕ ਛੋਟੀ ਜੀ ਸਮਾਲ ਇਹਦੀ ਬ੍ਰਾਂਚ ਆ ਜੀ, ਜਿਸ ਵਿੱਚ ਇਹ ਛੋਟਾ 10,000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੇ ਆ। ਇਹ ਦੁਕਾਨ 'ਤੇ ਇਕੱਲਾ ਇੱਕ ਸ਼ਖਸ ਜਿਸਦਾ ਨਾਮ ਪ੍ਰੇਮ ਕੁਮਾਰ ਆ, 2016 ਤੋਂ ਦੁਕਾਨ ਕਰ ਰਿਹਾ। ਅੱਜ ਕਰੀਬ 1 ਵਜੇ 3 ਨੌਜਵਾਨ ਦੁਕਾਨ 'ਤੇ ਆਉਂਦੇ ਨੇ, ਜੋ ਕਿ ਹਥਿਆਰਾਂ ਦੀ ਨੋਕ 'ਤੇ ਇਸਨੂੰ ਡਰਾਉਂਦੇ ਨੇ ਅਤੇ ਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80,000 ਰੁਪਇਆ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ। ਸਰ ਕਿੰਨੇ ਜਾਣੇ ਸੀ, ਕਾਹਤੇ ਆਏ ਸੀ? ਇਹ ਹਜੇ ਤੱਕ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਆ ਜੀ, 3 ਜਣੇ ਮੋਟਰਸਾਈਕਲ 'ਤੇ ਆਏ ਸਨ, ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ, ਉਹ ਅਸੀਂ ਦੇਖ ਰਹੇ ਹਾਂ ਜੀ। ਅੱਗੇ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀਗਾ ਜੀ। ਸਰ ਕੋਈ CCTV ਆਈ ਸਾਹਮਣੇ? ਹਾਂਜੀ ਅਜੇ ਜਾਂਚ ਕਰ ਰਹੇ ਹਾਂ ਜੀ, CCTV ਆਸ ਪਾਸ ਤੋਂ ਵੀ ਅੰਦਰ।
ਹਾਂਜੀ, ਉਹਨਾਂ ਕੋਲ ਇੱਕ ਕੋਈ ਦੇਸੀ ਪਿਸਟਲ ਟਾਈਪ ਵੀ ਦੱਸ ਰਹੇ ਆ ਜੀ। ਸਿਰਫ ਇੱਕ ਪਿਸਟਲ ਸੀ, ਕੋਈ ਹਥਿਆਰ ਹੋਰ ਵੀ ਹੈਗੇ ਸੀ? ਇੱਕ ਇਹ ਪਿਸਟਲ ਦੱਸ ਰਹੇ, ਇੱਕ ਕੋਈ ਦਫ਼ਤਰ ਦੱਸ ਰਹੇ ਆ ਜੀ ਕੋਲ।